जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਪੁਖਰਾਜ ਪਾਚਨ ਰਸ, ਕੁਛ ਹੀ ਪਲੋ ਮੇ ਸ਼ੁਰੂ ਕਰੇ ਕਾਮ, ਐਸਿਡਿਟੀ ਕਰੇ ਠੀਕ, ਪਾਚਨ ਮੇ ਦੇ ਆਰਾਮ। ਗੁੜੋਂ ਕਾ ਖਜ਼ਾਨਾ ਬਸ ਥੋੜਾ ਸਾ ਰੋਜ਼ਾਨਾ ਪੁਖਰਾਜ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਕਿ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ, ਕਿ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ, ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ, ਵਿਦਆਊਟ ਐਕਸਰਸਾਈਜ਼, ਵਿਦਆਊਟ ਮੈਡੀਸਿਨ, ਵਿਦਆਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 to 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ, ਸਿੰਗਲਾ ਸਲਿਮਿੰਗ ਕਲੀਨਿਕ। ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮਸਤੀ ਕੈਂਪਸ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੈਰੀ ਢਿੱਲੋਂ ਵੱਲੋਂ ਕੀ ਹਾਲ ਚਾਲ ਹੈ ਜੀ? ਹੋਪ ਸਾਰੇ ਠੀਕ ਠਾਕ ਹੋਵੋਗੇ ਜੀ। ਲੈ ਕੇ ਫਿਰ ਤੋਂ ਹਾਜ਼ਰ ਹੋ ਗਏ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਬ੍ਰਿਲਜ਼ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਅੱਜ ਮੈਂ ਪਹੁੰਚਿਆ ਹੋਇਆ ਜੀ ਮੁਰਲੀਧਰ DAV ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੰਬਾਲਾ ਦੇ ਵਿੱਚ। ਸੋ ਪੰਜਾਬ ਦੇ ਬੱਚਿਆਂ ਨਾਲ ਆਪਾਂ ਬਹੁਤ ਸਾਰੀ ਮਸਤੀ ਕੀਤੀ ਆ, ਹੁਣ ਵਾਰੀ ਹਰਿਆਣੇ ਦੀ। ਵੈਸੇ ਹਰਿਆਣੇ ਵਿੱਚ ਅੰਬਾਲਾ ਸਿਟੀ ਹੈ ਨਾ, ਹਰਿਆਣੇ ਵਿੱਚ ਮੈਨੂੰ ਲੱਗਦਾ ਸੀ ਪੱਗਾਂ ਵਾਲੇ ਮੁੰਡੇ ਸ਼ਾਇਦ ਘੱਟ ਮਿਲਣਗੇ, ਪਰ ਪੱਗਾਂ ਬਹੁਤ ਜਣਾਂ ਦੇ ਬੰਨੀਆਂ ਹੋਈਆਂ ਨਾ। ਸੋਹਣੇ ਵੀ ਸਾਰੇ ਲੱਗ ਰਹੇ ਆ, ਲੱਗ ਰਹੇ ਹੋ ਸੋਹਣੇ? ਆਪਦੇ ਲਈ ਇੱਕ ਤਾੜੀ ਜੇ ਸੋਹਣੇ ਲੱਗ ਰਹੇ ਹੋ ਤਾਂ, ਹੈ ਨਾ। ਆਇਓ ਸਰਦਾਰ ਜੀ, ਆਜੋ 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 ਆਜੋ। ਕੀ ਹਾਲ ਚਾਲ? ਵਧੀਆ। ਪੰਜਾਬੀ ਕਿ ਹਿੰਦੀ? ਪੰਜਾਬੀ ਵਧੀਆ ਬੋਲਦੇ ਹੋ। ਪੰਜਾਬ ਤੋਂ ਬਿਲੋਂਗ ਕਰਦੇ ਯਾਰ? ਹਰਿਆਣੇ 'ਚ ਰਹਿੰਦੇ ਹੋ? ਹਰਿਆਣੇ 'ਚ ਰਹਿੰਦੇ। ਕਿਹੜਾ ਪਿੰਡ ਆਪਣਾ? ਮੈਨੂੰ ਔਖੀ ਲੱਗਦੀ, ਮੈਂ ਰੱਖੀ ਸੀ ਇੱਕ ਵਾਰੀ ਪਲੱਸ ਵਨ ਵਿੱਚ, ਪਲੱਸ ਟੂ ਛੱਡਤਾ ਮੈਂ। ਮੈਨੂੰ ਮੈਥ ਬੜਾ ਔਖਾ ਲੱਗਿਆ, ਮੈਂ ਕਿਹਾ ਛੱਡ ਦੋ। ਨਹੀਂ, ਆਪਸ਼ਨਲ ਚਲਾਇਆ ਮੈਥ ਜੀ। ਬਹੁਤ ਸਕੀਪ ਵੀ ਬੰਦਾ ਗਾਣਾ ਆਉਂਦਾ ਨਹੀਂ ਆਉਂਦਾ, ਪੜ੍ਹਾਈ ਆਉਂਦੀ ਹੈ, ਪੜ੍ਹਾਈ ਆਉਂਦੀ ਹੈ। ਇੱਕ ਸਵੇਰੇ ਸਵੇਰੇ ਨਾ ਆਪਾਂ ਜਦੋਂ ਸੁਬਹਾ ਉੱਠਦੇ ਹਾਂ ਤਾਂ ਕੁਝ ਖਾਂਦੇ ਹਾਂ ਘਰੇ, ਸਭ ਤੋਂ ਪਹਿਲਾਂ ਉਹਨੂੰ ਕੀ ਕਹਿੰਦੇ ਆ? ਬ੍ਰੇਕਫਾਸਟ। ਬ੍ਰੇਕਫਾਸਟ ਉਹਨੂੰ ਸਹੀ ਕੀ ਕਹਿੰਦੇ ਆ? ਸਹੀ ਉਹਦੀ ਪ੍ਰੋਨਾਂਸੀਏਸ਼ਨ ਕੀ ਹੈ ਉਹਦੀ, ਸਹੀ ਕੀ ਹੈ? ਬ੍ਰੇਕਫਾਸਟ ਨਹੀਂ, ਉਹਨੂੰ ਬ੍ਰੇਕਫਾਸਟ ਨਹੀਂ ਕਹਿੰਦੇ, ਉਹਨੂੰ ਕੁਝ ਹੋਰ ਕਹਿੰਦੇ ਆ। ਨਾਸ਼ਤਾ। ਹੈਂ? ਅੰਗਰੇਜ਼ੀ 'ਚ ਕੀ ਕਹਿੰਦੇ ਆ?
ਮੈਨੂੰ ਤਾਂ ਬ੍ਰੇਕਫਾਸਟ ਹੀ ਪਤਾ ਜੀ। ਕਿੰਨੀ ਰੋਟੀ ਖਾ ਕੇ ਆਇਆ ਸੀ ਅੱਜ? ਦੋ 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 ਨਾਲ ਸਰ ਜਾਂਦਾ ਤਾਂ ਹੀ ਮੇਰੇ ਵਾਂਗੂ ਪਤਲਾ ਜਾ ਵਾਵਾ ਹੈ ਅਗਰ ਮੋਟਾ ਹੋਏਗਾ ਠੀਕ ਹੈ ਖਾ ਲੇਗਾ। ਕੱਲ੍ਹ ਤੂੰ ਕਿੰਨੀਆਂ? ਅੱਜ ਤੂੰ ਪੰਜ ਫਿਰ ਚੱਕ ਲੈ। ਪੰਜ ਨਾਲ ਨਾਲ ਕਿੰਨੀਆਂ ਲੈ ਕੇ ਆਉਂਦੇ ਆ? ਨਾਲ ਹੀ ਲੈ ਕਹਿੰਦੇ ਜੀ, ਸਾਡੇ ਬਾਰਾਂ ਛੁੱਟੀ ਹੋ ਜਾਂਦੀ ਫਿਰ ਘਰੇ। ਸਾਡੇ ਬਾਰਾਂ ਛੁੱਟੀ ਉਸ ਤੋਂ ਬਾਅਦ ਘਰੇ ਘਰੇ ਜੀ। ਵਾਹ ਜੀ ਵਾਹ। ਮਤਲਬ ਸੁਬਾਹ ਕਿੰਨੇ ਵਜੇ? ਨੌ ਵਜੇ ਆਉਂਦੇ ਹੋ? ਨਹੀਂ, ਸੱਤ ਵਜੇ। ਸੱਤ ਵਜੇ ਤੋਂ 12:30? ਹਾਂਜੀ। ਵਧੀਆ ਨਾ ਵੈਸੇ ਦੁਪਹਿਰੇ ਜੀ ਵਿਹਲੇ ਸੌਂ ਜਾਂਦਾ ਘਰ ਜਾ ਕੇ। ਹਾਂਜੀ ਚਲੋ ਓਕੇ, ਥੈਂਕ ਯੂ ਥੈਂਕ ਯੂ ਜੀ। ਆਓ ਜੀ। ਸਤਿ ਸ਼੍ਰੀ ਅਕਾਲ ਜੀ। ਜਦੋਂ ਤੁਹਾਡੀ ਐਂਟਰੀ ਹੋਈ ਆ ਹੁਣ, ਹਾਂਜੀ ਤੁਹਾਡੀ ਐਂਟਰੀ ਨਾਲ ਤਾੜੀਆਂ ਬਹੁਤ ਹੋਈਆਂ ਨਾ? ਓਏ ਹੋਏ ਬਹੁਤ ਹੋਈ ਆ ਯਾਰ ਵੈਲੀ ਬਹੁਤ ਨੇ ਜੀ ਬਸ। ਅੱਛਾ ਯਾਰ ਵੈਲੀ ਬਹੁਤ ਨੇ, ਪੱਗ ਬਹੁਤ ਸੁਣੀ ਬੰਨੀ ਹੈ। ਥੈਂਕ ਯੂ ਭਾਜੀ। ਕਿੱਥੋਂ ਸਿੱਖੀ ਹੈ? ਆਪੇ ਆਪੇ ਯੂਟਿਊਬ ਵਗੈਰਾ ਨੇ ਚਲਾਇਆ ਉਹੀ ਚੱਲ ਗਿਆ ਕੰਮ? ਨਹੀਂ, ਸ਼ੁਰੂ ਤੋਂ ਆਪੇ ਬਸ ਇੰਟਰਸਟ ਦਾ ਸੀਗਾ। ਇੰਟਰਸਟ ਸੀਗਾ ਹਾਂਜੀ ਸਿੱਖੀ ਵਾਲੇ ਪਾਸੇ। ਬਹੁਤ ਸੋਹਣਾ। ਬ੍ਰੇਕਫਾਸਟ ਨੂੰ ਸਹੀ ਕੀ ਕਹਿੰਦੇ ਆਪਣਾ ਉਹਦੀ ਜਿਹਦੀ ਬੋਲਣਾ ਜਾਂ ਉਹਨੂੰ ਜਾਂ ਪ੍ਰੋਨਾਂਸੀਏਸ਼ਨ ਆ ਉਹਦੀ ਸਹੀ ਕੀ ਹੈ ਬ੍ਰੇਕਫਾਸਟ ਦੀ? ਅਸੀਂ ਤਾਂ ਬ੍ਰੇਕਫਾਸਟ ਕਹਿੰਦੇ ਹਾਂ। ਤੁਸੀਂ ਤਾਂ ਬ੍ਰੇਕਫਾਸਟ ਹੀ ਕਹਿੰਦੇ ਆ, ਆਹੀ ਤਾਂ ਪੰਗਾ ਹੈ। ਬ੍ਰੇਕਫਾਸਟ ਨਹੀਂ ਨਾ ਕਹਿਣਾ, ਕੁਛ ਹੋਰ ਕਹਿਣਾ। ਨਹੀਂ ਪਤਾ। ਅੱਛਾ ਕੋਈ ਵਰਡ ਇੰਗਲਿਸ਼ ਦਾ ਜਿਹੜਾ ਸ਼ੁਰੂ ਹੋਣਾ ਹੁੰਦਾ, ਆਵਾਜ਼ ਵੀ ਦੀ ਆਉਂਦੀ ਹੈ ਬੋਲਣ ਤੇ, ਸੋਚ ਰਿਹਾ ਕੀ ਹੋ ਸਕਦਾ? ਨਹੀਂ ਪਤਾ। ਪੜ੍ਹਾਈ 'ਚ ਕਿਵੇਂ ਹੋ? ਮੇਰੇ ਵਾਂਗੂ ਆ ਜਾਂ ਹੁਸ਼ਿਆਰ ਆ? ਠੀਕ ਠਾਕ। ਠੀਕ ਠਾਕ ਹੈ? ਮੇਰੇ ਵਾਂਗ ਨਹੀਂ ਹੈ? ਨਹੀਂ। ਕੀ ਮਤਲਬ ਹੁਣ ਮੈਂ ਨਲਾਇਕ ਆ ਜਾਂ ਮੈਂ ਹੁਸ਼ਿਆਰ ਆ? ਦੇਖਣ ਤਾਂ ਹੁਸ਼ਿਆਰ ਲੱਗਦਾ, ਮੈਂ ਦੇਖਣ ਨੂੰ ਹੁਸ਼ਿਆਰ ਲੱਗਦਾ। ਬਾਕੀ ਪਤਾ। ਵਾਹ ਜੀ ਵਾਹ ਯਾਰ, ਦਿਲ ਕੁਛ ਕਰਦਾ ਅੱਜ ਤੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਕਿੱਥੋਂ ਬਿਲੋਂਗ ਕਰਦੇ ਹੋ? ਅੰਬਾਲਾ। ਅੰਬਾਲਾ ਅੰਬਾਲਾ ਕਿੱਥੇ? ਅੰਬਾਲਾ ਆ ਦੇਖੋ ਪੂਰਾ ਅੰਬਾਲਾ। ਅੱਛਾ ਚਾਹੇ ਪੂਰਾ ਅੰਬਾਲਾ, ਤੁਸੀਂ ਥੱਲੇ ਨਾਲ ਕਰਦਾ, ਮੈਂ ਸੋਚਿਆ ਸ਼ਾਇਦ ਇੱਥੇ ਨਾ ਕਿਤੇ ਪਿਆ ਹੋਵੇ ਅੰਬਾਲਾ। ਘਰੇ ਸਭ ਠੀਕ ਠਾਕ ਸੀਗੇ? ਹਾਂਜੀ। ਬ੍ਰਦਰ ਵਧੀਆ? ਕੀ ਕਰਦਾ? ਪੜ੍ਹਦਾ ਉਹ ਵੀ ਮਾੜਾ ਮੋਟਾ ਪੜ੍ਹਦਾ? ਇਹ ਉਹਦਾ ਵਿਚਾਰ ਦਾ ਕੋਈ ਕਸੂਰ ਨਹੀਂ, ਮੁੰਡੇ ਵੈਸੇ ਹੀ ਮਾੜਾ ਮੋਟਾ ਪੜ੍ਹਦੇ ਆ। ਨਹੀਂ ਕੋਈ ਕੋਈ ਹੁੰਦਾ, ਮੈਂ ਬਾਕੀ ਤਾਂ ਪੜ੍ਹਦੇ। ਮੇਰੇ ਵਾਂਗੂ ਇੰਟੈਲੀਜੈਂਟ ਵੀ ਹੁੰਦੇ ਕਈ? ਮੈਨੂੰ ਕੀ ਪਤਾ। ਆ ਵੀ ਸਹੀ, ਮੈਨੂੰ ਨਹੀਂ ਪਤਾ ਵੀ ਮੈਨੂੰ ਵੇਖਣ ਨੂੰ ਇੰਟੈਲੀਜੈਂਟ ਲੱਗਦਾ ਨਹੀਂ। ਲੈ ਤੇ ਯੋਗੀ ਪਤਾ ਨਾ ਹੋਵੋ ਇਹ ਵੀ ਗੱਲ ਸਹੀ। ਵੈਸੇ ਹੈ ਨਹੀਂ, ਮੈਂ ਪਤਾ ਨਹੀਂ, ਨਹੀਂ ਮੈਂ ਦੱਸ ਰਿਹਾ ਨਾ ਮੈਂ ਹੈ ਨਹੀਂ ਗਾ। ਅੱਛਾ ਬ੍ਰੇਕਫਾਸਟ ਨੂੰ ਕੀ ਕਹਿੰਦੇ ਆ? ਨਹੀਂ ਸਹੀ ਕੁਛ ਹੋਰ ਕਹਿੰਦੇ ਆ, ਨਾਸ਼ਤਾ ਤਾਂ ਹਿੰਦੀ ਚ ਕਹਿੰਦੇ ਨੇ ਨਾ, ਇੰਗਲਿਸ਼ ਵਿੱਚ ਕੀ ਕਹਿੰਦੇ ਆ? ਅੰਗਰੇਜ਼ੀ ਚ ਬ੍ਰੇਕਫਾਸਟ? ਨਹੀਂ ਬ੍ਰੇਕਫਾਸਟ ਸਹੀ ਨਹੀਂ ਆ, ਉਹ ਨਾ ਵਰਡ ਕੋਈ ਸ਼ੁਰੂ ਹੁੰਦਾ ਆਵਾਜ਼ ਵੀ ਦੀ ਆਉਂਦੀ ਹੈ। ਕੋਈ ਵੀ ਇੰਗਲਿਸ਼ ਦਾ ਵਰਡ ਜਿਹੜਾ ਉਹ ਨਾ ਸ਼ੁਰੂ ਹੁੰਦਾ ਆਵਾਜ਼ ਵੀ ਦੀ ਆਉਂਦੀ ਹੈ। ਥੋੜੀ ਮਾੜੀ ਗੱਲ। ਗਾਣਾ ਆਉਂਦਾ? ਆਂਦੇ ਪਰ ਮੈਂ ਗਾਣਾ ਨਹੀਂ। ਗਾਣਾ ਨਹੀਂ? ਕਿਉਂ? ਕਿਸੇ ਨੇ ਰੋਕਿਆ? ਨਾ ਨਾ। ਕਿਹਨੇ ਕਿਹਾ? ਮੰਮੀ ਨੇ ਡਰਾਇਆ? ਨਾ ਨਾ। ਡੈਡੀ ਨੇ? ਵਧੀਆ ਨਾ। ਅੱਛਾ ਮੰਮੀ ਵਧੀਆ? ਵਾਹ, ਮੰਮੀਆਂ ਸਾਰਿਆਂ ਦੀਆਂ ਵਧੀਆ ਹੁੰਦੀਆਂ। ਨਹੀਂ ਮੇਰੀ ਕੋਈ ਜ਼ਿਆਦਾ ਵਧੀਆ। ਜ਼ਿਆਦਾ ਵਧੀਆ? ਕੋਈ ਖਾਸੀਅਤ ਕੀ ਹੈ ਮੰਮਾ ਚ? ਮੰਮੀ ਅੰਡਰਸਟੈਂਡਿੰਗ ਬਹੁਤ ਨੇ, ਫਰੈਂਡਸ਼ਿਪ ਬਹੁਤ ਹੈ ਸਾਡੀ ਦੋਵਾਂ। ਵਾਹ 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 ਵਾਹ। ਹਾਂ ਸਭ ਤੋਂ ਵਧੀਆ ਗੱਲ ਆ ਨਾ, ਜਿਹੜੇ ਪੇਰੈਂਟਸ ਨਾ ਉਹਨਾਂ ਨਾਲ ਫਰੈਂਡਸ਼ਿਪ ਹੋਣੀ ਚਾਹੀਦੀ ਆ। ਹਰ ਗੱਲ ਸ਼ੇਅਰ ਕਰੋ, ਦੁੱਖ ਹੋਵੇ ਸੁੱਖ ਹੋਵੇ ਮਾੜੀ ਹੋਵੇ ਚੰਗੀ ਹੋਵੇ, ਘਰ ਜਾ ਕੇ ਜ਼ਰੂਰ ਦੱਸੋ ਵੀ ਮੇਰੇ ਨੰਬਰ ਘੱਟ ਹੈ, ਮੈਂ ਫੇਲ ਹੋ ਗਈ ਮੰਮਾ। ਨਹੀਂ ਨਹੀਂ ਫੇਲ ਨਹੀਂ ਹੋਈ, ਰਿਜ਼ਲਟ ਆਉਣਾ ਅੱਜ, ਫੇਲ ਨਹੀਂ ਹੋਣਾ। ਚਲੋ ਠੀਕ ਹੈ, ਥੈਂਕ ਯੂ ਜੀ। ਚੜ੍ਹਾਈ ਲੱਗਦੀ ਹੈ ਪੂਰੀ ਅੰਬਾਲੇ 'ਚ? ਹਾਂਜੀ। ਕਿਹੜੇ ਪਾਸਿਓਂ? ਮੈਂ ਲੁਧਿਆਣੇ ਤੋਂ ਵੈਸੇ ਅੰਬਾਲੇ 'ਚ। ਅੱਛਾ ਨਹੀਂ ਮੈਂ ਵੈਸੇ ਪੁੱਛਿਆ ਚੜ੍ਹਾਈ ਕਿਹੜੇ ਪਾਸਿਓਂ? ਨਹੀਂ ਉਹ ਸਭ ਤੋਂ ਵਧੀਆ ਗੱਲ ਦੱਸਦੀ, ਤੁਸੀਂ ਵੈਸੇ ਲੁਧਿਆਣੇ ਨੂੰ ਬਿਲੋਂਗ ਕਰਦੇ ਆ, ਪੜ੍ਹਦੇ ਅੰਬਾਲੇ ਆ? ਠੀਕ ਹੈ ਜੀ।
ਚੜਾਈ ਕਿ ਦੋ ਤਰ੍ਹਾਂ ਚੜਾਈ ਹੁੰਦੀ ਨਾ ਕਿ ਵੀਰ ਕਹਿੰਦਾ ਬੱਚਾ ਫਸਟ ਆਇਆ ਕਿਧਰੋਂ ਨੀਚੋਂ ਜੋ ਉੱਪਰੋਂ ਆਪਾਂ ਕਿਹੜੇ ਪਾਸੋਂ ਚੜਾਈ ਆਪਣੀ ਨਹੀਂ ਨਹੀਂ ਫਸਟ ਚਲੋ ਮੈਨੂੰ ਪਤਾ ਨਹੀਂ ਆ ਸਕਦੇ ਤੁਸੀਂ ਪੜ੍ਹਾਈ ਆਪਣੀ ਚੜਾਈ ਕਿਹੜੇ ਪਾਸੋਂ ਹੈ ਸਾਰੇ ਪਾਸੋਂ ਕਿੱਦਾਂ ਕਿੱਦਾਂ ਗਾਣੇ ਗਾ ਲੈਂਦੇ ਹੋ ਬਾਹਰ ਕੀ ਖਾਂਦੇ ਇਸ ਕਰ ਤੁਸੀਂ ਬ੍ਰੇਕਫਾਸਟ ਕਰਦੇ ਨਹੀਂ ਵੈਸੇ ਮੈਂ ਸਹੀ ਵਰਡ ਬੋਲਣ ਲੱਗਿਆ ਸੀਗਾ ਜੇ ਮੈਂ ਸਹੀ ਬੋਲਦਾ ਤੁਹਾਨੂੰ ਪਤਾ ਲੱਗ ਜਾਣਾ ਸੀ ਨਾ ਬ੍ਰੇਕਫਾਸਟ ਨੂੰ ਕੀ ਕਹਿੰਦੇ ਆ ਕੁਛ ਕਹਿੰਦੇ ਨਹੀਂ ਆਪਾਂ ਨਹੀਂ ਕੁਛ ਕਹਿੰਦੇ ਕੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਘਰੇ ਸਾਰੇ ਵਧੀਆ ਹਾਂਜੀ ਕੀ ਕਰਦੇ ਕਰਦੇ ਪਾਪਾ ਬਿਜ਼ਨਸਮੈਨ ਐਂਡ ਮਮਾ ਹਾਊਸਵਾਈਫ ਓਕੇ ਓਕੇ ਪਿਆਰ ਤਾਂ ਵਾਧੂ ਹੋਣਾ ਫਿਰ ਹਾਂਜੀ ਕੋਈ ਟੈਨਸ਼ਨ ਨਹੀਂ ਪੈਸੇ ਦੀ ਏਮ ਕੀ ਆਪਣਾ ਆਈਏਐਸ ਆਫੀਸਰ ਵਾਹ ਜੀ ਵਾਹ ਆਈਏਐਸ ਬੰਨਾ ਹਾਂਜੀ ਤੇ ਇੱਥੇ ਜੋਬ ਕਰਨੀ ਹੈ ਆਈਏਐਸ ਬਣ ਕੇ ਜਾਂ ਕਿਤੇ ਵੀ ਮਿਲ ਗਈ ਨਹੀਂ ਜਿੱਦਾਂ ਅੱਛਾ ਮੰਨੋ ਤੁਸੀਂ ਆਈਏਐਸ ਬਣ ਜਾਂਦੇ ਹੋ ਸਭ ਤੋਂ ਪਹਿਲਾ ਕੰਮ ਕੀ ਹੋਏਗਾ ਤੁਹਾਡਾ ਮੰਮਾ ਪਾਪਾ ਕੋ ਥੈਂਕ ਯੂ ਬੋਲੂੰਗੀ ਵਾਹ ਜੀ ਵਾਹ ਸਭ ਤੋਂ ਵਧੀਆ ਕੰਮ ਮੰਮਾ ਪਾਪਾ ਨੂੰ ਥੈਂਕ ਯੂ ਬੋਲ ਦੇਣਾ ਹਨਾ ਕੋਈ ਪੈਸਾ ਨਹੀਂ ਵੇਸਟ ਕਰਨਾ ਕਿਤੇ ਨਹੀਂ ਪਾਪਾ ਮੰਮੀ ਕੇ ਲਈ ਗਿਫਟਸ ਸਾਰਾ ਕੁਝ ਪਾਪਾ ਮੰਮੀ ਕੇ ਲਈ ਕਰਨਾ ਹੈ ਹਾਂਜੀ ਆਈਏਐਸ ਕਿਸ ਕੇ ਲਈ ਬਣਨਾ ਆਪਨੇ ਆਪਣੇ ਲਈ ਆਪਣੇ ਲਈ ਲੋਕੋਂ ਕੀ ਕੋਈ ਸੇਵਾ ਨਹੀਂ ਕਰਨੀ ਆਪਨੇ ਉਹ ਤਾਂ ਫਿਰ ਬਾਅਦ ਮੈਂ ਉਹੀ ਪੁੱਛ ਰਹਾ ਨਾ ਉਹ ਸੇਵਾ ਕੇ ਲਈ ਆਪਨੇ ਸਭ ਸੇ ਪਹਿਲਾ ਕੰਮ ਕਿਆ ਹੋਗਾ ਆਪਕਾ ਸਭ ਸੇ ਜੋ ਫਸਟ ਟਾਈਮ ਆਪ ਆਈਏਐਸ ਕੀ ਜੋ ਪੋਸਟ ਹੈ ਆਪ ਸੰਭਾਲੋਗੇ ਵਹਾਂ ਬੈਠੋਗੇ ਡਿਵੈਲਪਮੈਂਟ ਕੇ ਲਈ ਕੈਸੀ ਡਿਵੈਲਪਮੈਂਟ ਚਾਹਤੇ ਹੋ ਆਪ ਕਿਆ ਹੋਣਾ ਚਾਹੀਏ ਡਿਵੈਲਪ ਕਰਨਾ ਚਾਹੀਏ ਜੈਸੇ ਥੋੜਾ ਗਰਲਸ ਕੋ ਔਰ ਹਾਂ ਗਰਲਸ ਕੋ ਕਿਆ ਕਰਨਾ ਇੰਪਾਵਰਮੈਂਟ ਦੇਣੀ ਚਾਹੀਏ ਹਾਂਜੀ ਕਿਸ ਤਰ੍ਹਾਂ ਕੀ ਆਪ ਚਾਹਤੇ ਹੋ ਐਜੂਕੇਸ਼ਨ ਮੈਂ ਔਰ ਇਨਕਰੀਜ਼ ਹੋ ਗਰਲਸ ਕੀ ਓਕੇ ਔਰ ਬ੍ਰੇਕਫਾਸਟ ਨੂੰ ਕੀ ਕਹਿੰਦੇ ਆ ਪਤਾ ਨਹੀਂ ਹਾਏ ਪਤਾ ਕਿਉਂ ਨਹੀਂ ਭੈਣੇ ਪਤਾ ਹੋਣਾ ਚਾਹੀਦਾ ਬ੍ਰੇਕਫਾਸਟ ਹੀ ਬੋਲਦੇ ਹਾਂ ਚਲੋ ਉਹ ਨਾਲ ਸ਼ੁਰੂ ਹੁੰਦਾ ਕੋਈ ਵੀ ਇੰਗਲਿਸ਼ ਦਾ ਵਰਡ ਪਰ ਆਵਾਜ਼ ਵੋਵੇ ਦੀ ਆਉਂਦੀ ਹੈ ਸਮਝ ਲੋਗੇ ਆਪ ਫਿਰ ਬੜੀ ਅੱਛੀ ਬਾਤ ਹੈ ਅਗਰ ਸਮਝ ਲੋਗੇ ਆਪ ਹਨਾ ਔਰ ਕੋਈ ਗਾਣਾ ਆਤਾ ਆਪਕੋ ਹਿੰਦੀ ਕਾ ਕਿਉਂ ਨਹੀਂ ਆਤਾ ਬਾਈ ਸਿੰਗਿੰਗ ਬਹੁਤ ਬੇਕਾਰ ਹੈ ਬੇਕਾਰ ਹੈ ਵੈਸੇ ਵੈਸੇ ਸਿੰਗਿੰਗ ਕਰ ਲੈਤੇ ਹੋ ਨਹੀਂ ਵੈਸੇ ਨਹੀਂ ਕਰਦੇ ਬਾਥਰੂਮ ਸਿੰਗਰ ਹੋ ਆਪ ਵੀ ਮੇਰੀ ਤਰ੍ਹਾਂ ਸੇ ਬ੍ਰੇਕਫਾਸਟ ਨੂੰ ਕੀ ਕਹਿੰਦੇ ਆ ਬ੍ਰੇਕਫਾਸਟ ਹਮ ਤਾਂ ਬ੍ਰੇਕਫਾਸਟ ਕਹਤੇ ਆਪ ਬਤਾਓ ਆਪ ਕੀ ਕਹਿੰਦੇ ਹੋ ਮੈਨੂੰ ਐਕਚੁਅਲੀ ਹੁਣ ਤੱਕ ਬ੍ਰੇਕਫਾਸਟ ਮਿਲਿਆ ਨਹੀਂ ਸੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਸ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਜੇ ਕੋਈ ਦੋ ਫੁਲਕੇ ਮਿਲ ਜਾਣਗੇ ਤਾਂ ਬਹੁਤ ਵਧੀਆ ਗੱਲ ਹੈ ਮੰਗਵਾ ਦਿਓ ਪਲੀਜ਼ ਠੀਕ ਹੈ ਰਿਸੈਸ ਮੈਂ ਆ ਜਾਣਾ ਰਿਸੈਸ ਵੀ ਆਣਾ ਪਹਿਲਾਂ ਨਹੀਂ ਮਿਲਣਗੇ ਠੀਕ ਹੈ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਏ ਬਹੁਤ ਵਧੀਆ ਮੈਂ ਤੁਸੀਂ ਦੱਸੋ ਤੁਹਾਡੀ ਪੱਗ ਬੜੀ ਸੋਹਣੀ ਹੈ ਭਾਅ ਜੀ ਪੱਗ ਸੋਹਣੀ ਹੈ ਥੈਂਕ ਯੂ ਸੋ ਮਚ ਬਹੁਤ ਮਿਹਨਤ ਕਰਕੇ ਬੰਨੀ ਹੈ ਸਵੇਰੇ ਡੇਢ ਮਿੰਟ ਲਾਇਆ ਮੈਂ ਪੂਰਾ ਪੂਰਾ ਡੇਢ ਮਿੰਟ ਸਾਨੂੰ ਘੰਟਾ ਲੱਗ ਜਾਂਦਾ ਯਾਰ ਕਿਉਂ ਘੰਟਾ ਲੱਗ ਜਾਂਦਾ ਤੁਹਾਨੂੰ ਕੀ ਕਰੀਏ ਮੁੰਡਾ ਕਹਿੰਦਾ ਘੰਟਾ ਤਾਂ ਲੱਗਦਾ ਸਰੀਰ ਭਾਰੀ ਹੱਥ ਨਹੀਂ ਪਹੁੰਚਦਾ ਨਹੀਂ ਇਹ ਗੱਲ ਨਹੀਂ ਹੋਰ ਕੀ ਗੱਲ ਹੈ ਫਿਰ ਘੰਟਾ ਕਿਉਂ ਲੱਗ ਜਾਂਦਾ ਮੈਂ ਵੀ ਸਫਾਈ ਜ਼ਿਆਦਾ ਪਸੰਦ ਹੈ ਸਫਾਈ ਜ਼ਿਆਦਾ ਪਸੰਦ ਹੈ ਅੱਜ ਕਿਉਂ ਨਹੀਂ ਬੰਨੀ ਟਾਈਮ ਨਹੀਂ ਸੀ ਸਵੇਰੇ ਲੇਟ ਉੱਠਿਆ ਲੇਟ ਉੱਠੇ ਰਾਤ ਕੀ ਕਰਦੇ ਸੀ ਫੋਨ ਚਲਾ ਰਹੇ ਸੀ ਹੋਰ ਕੀ ਕਰ ਲੈ ਫੋਨ ਕਿੱਥੇ ਚਲਾ ਰਹੇ ਸੀ ਘਰ ਬਹਿ ਗਏ ਘਰ ਬਹਿ ਕਿਸੇ ਵੱਜਿਆ ਤਾਂ ਨਹੀਂ ਬਚਾ ਰੱਖਿਆ ਕਰੋ ਬਾਈ ਧਿਆਨ ਨਾਲ ਡਰਾਈਵਿੰਗ ਹਾਂਜੀ ਸੇਫ ਡਰਾਈਵਿੰਗ ਕਰਨੀ ਹੈ ਅੱਜ ਕੱਲ੍ਹ ਐਕਸੀਡੈਂਟ ਬਹੁਤ ਹੁੰਦੇ ਆ ਸੋ ਧਿਆਨ ਨਾਲ ਚਲਾਇਆ ਕਰੋ ਹੈ ਨਾ ਅਤੇ ਫੈਨ ਫੋਲੋਇੰਗ ਬਹੁਤ ਹੈ ਵਾਹ ਜੀ ਵਾਹ ਕਲੈਪਿੰਗ ਫਿਰ ਮੁੰਡੇ ਲਈ ਇੱਕ ਹੋਣੀ ਚਾਹੀਦੀ ਹੈ ਨਾ ਬਹੁਤ ਅੱਛਾ ਬ੍ਰੇਕਫਾਸਟ ਨੂੰ ਸਾਡੇ ਚਾਹ ਨਾਸ਼ਤਾ ਹੀ ਕਹਿੰਦੇ ਆ ਬ੍ਰੇਕਫਾਸਟ ਬ੍ਰੇਕਫਾਸਟ ਨਹੀਂ ਕਹਿੰਦੇ ਸਾਡੇ ਚਾਹ ਨਾਸ਼ਤਾ ਹੀ ਕਹਿੰਦੇ ਆ ਘਰ 'ਚ ਕੌਣ ਕੌਣ ਹੈ ਮੰਮੀ ਅਤੇ ਦਾਦਾ ਜੀ ਮੰਮੀ ਅਤੇ ਦਾਦਾ ਜੀ ਹਾਂਜੀ ਤੇ ਮੰਮੀ ਨਾਲ ਵਧੀਆ ਬਣਦੀ ਹੈ ਹਾਂਜੀ ਕੁੱਟ ਪਈ ਗਈ ਮੰਮਾ ਕੋਲੋਂ ਬਥੇਰੀ ਹਾਏ ਹਾਏ ਹਾਂਜੀ ਕੱਲ ਹੀ ਪਈ ਕਿਹੜੀ ਕੱਲ ਤੋਂ ਪਈ ਸੀ ਫੋਨ ਕਿਉਂ ਚਲਾਉਂਦਾ ਐਡਾ ਪੜ ਲਿਆ ਅਗਰ ਕੰਜਰਾ ਪੜ ਲਿਆ ਅਗਰ ਕੰਜਰਾ ਵਾਹ 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 ਇਹ ਮੰਮੀ ਦਾ ਨਾ ਪਿਆਰ ਹੈ ਗਾਲਾਂ ਹੁੰਦੀਆਂ ਨਾ ਵੱਡਿਆਂ ਦੀਆਂ ਇਹ ਪਿਆਰ ਹੁੰਦਾ ਅੱਛਾ ਫਿਰ ਕਿੱਦਾਂ ਪੈਂਦੀਆਂ ਕਿੱਦਾਂ ਆ ਚੱਪਲਾਂ ਡੰਡੇ ਥੱਪੜ ਥੱਪੜ ਕਿੱਥੇ ਮੂੰਹ ਤੇ ਤਾਂ ਇੰਨਾ ਮੋਟਾ ਹੋਇਆ ਸੁੱਜਿਆ ਪਿਆ ਵਿਚਾਰੇ ਦਾ ਮੂੰਹ ਗਾਣਾ ਆਉਂਦਾ ਕੋਈ ਗੇਮ ਖੇਡਣੀ ਆਉਂਦੀ ਕੋਈ
ਹਾਂਜੀ ਕਿਹੜੀ ਖੇਡਦੇ ਹੋ ਵਾਲੀਬਾਲ ਕਿੰਨਾ ਕੁ ਵਧੀਆ ਲੱਗਦਾ ਵਾਲੀਬਾਲ ਖੇਡਣਾ ਬਹੁਤ ਵਧੀਆ ਕਿ ਸਕੈਜੂਲ ਜਿੱਦਾਂ ਸਕੂਲ ਦੇ ਵਿੱਚ ਗੇਮਸ ਕਰਵਾਉਂਦੇ ਹਨਾ ਪਾਰਟਿਸਿਪੇਟ ਕਰਦੇ ਹੋ ਵਾਲੀਬਾਲ ਦੀ ਹਾਂਜੀ ਸੋ ਮੈਂ ਕਹਿ ਰਿਹਾ ਜੀ ਢੇਰ ਸਾਰੀ ਮਸਤੀ ਮੁਰਲੀਧਰ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੰਬਾਲਾ ਦੇ ਵਿੱਚ ਜਿਹਨਾਂ ਦੇ ਬੱਚੇ ਵੀ ਬਹੁਤ ਟੈਲੈਂਟ ਆ ਬੜੇ ਸਿਆਣੇ ਵੀ ਆ ਬੋਲਦੇ ਨਹੀਂ ਕੁਛ ਜ਼ਿਆਦਾ ਜਿੰਨਾ ਕੁ ਪੁੱਛਦੇ ਨਾ ਓਨਾ ਕੁ ਜਵਾਬ ਦਿੰਦੇ ਆ ਤੁਸੀਂ ਕਿਤੇ ਨਹੀਂ ਜਾਣਾ ਜੀ ਇੱਦਾਂ ਹੀ ਵੇਟ ਕਰਦੇ ਰਹੇ ਮੈਂ ਮਿਲਦਾ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਦੇਖਦੇ ਰਹੋ ਆਪਣਾ ਫੇਵਰੇਟ ਸ਼ੋ ਬ੍ਰਿਲਸ ਪ੍ਰੈਜੈਂਟਸ ਮਸਤੀ ਕੈਂਪਸ ਦੀ ਮਸਤੀ ਕੈਂਪਸ ਦੀ जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਪੁਖਰਾਜ ਪਾਚਨ ਰਸ ਕੁਛ ਹੀ ਪਲੋ ਮੇ ਸ਼ੁਰੂ ਕਰੇ ਕਾਮ ਐਸਿਡਿਟੀ ਕਰੇ ਠੀਕ ਪਾਚਨ ਮੇ ਦੇ ਆਰਾਮ ਗੁੜੋਂ ਕਾ ਖਜ਼ਾਨਾ ਬਸ ਥੋੜਾ ਸਾ ਰੋਜ਼ਾਨਾ ਪੁਖਰਾਜ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਕਿ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਕਿ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ ਵਿਦਆਊਟ ਐਕਸਰਸਾਈਜ਼ ਵਿਦਆਊਟ ਮੈਡੀਸਿਨ ਵਿਦਆਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 ਤੋਂ 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ ਸਿੰਗਲਾ ਸਲਿਮਿੰਗ ਕਲੀਨਿਕ। ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮਸਤੀ ਕੈਂਪਸ ਦੀ ਵੈਲਕਮ ਬੈਕ। ਤੁਹਾਡਾ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਪ੍ਰੈਜੈਂਟਸ ਮਸਤੀ ਕੈਂਪਸ ਦੀ। ਮੈਂ ਪਹੁੰਚਿਆ ਹਾਂ ਜੀ ਮੁਰਲੀਧਰ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੰਬਾਲਾ ਦੇ ਵਿੱਚ। ਸੋ ਕਰਦੇ ਬੱਚਿਆਂ ਨਾਲ ਅੱਗੇ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ। ਪੰਜਾਬੀ ਕਿ ਹਿੰਦੀ? ਪੰਜਾਬੀ। ਪੰਜਾਬੀ, ਕਿੱਥੋਂ ਬਿਲੋਂਗ ਕਰਦੇ ਆ? ਅਸੀਂ ਅੰਬਾਲਾ ਲੋਕਲ ਆ। ਲੋਕਲ ਅੰਬਾਲਾ ਤੋਂ? ਹਾਂਜੀ। ਤੇ ਪੜ੍ਹਾਈ ਵਧੀਆ ਚੱਲ ਰਹੀ ਆ? ਹਾਂਜੀ। ਬ੍ਰੇਕਫਾਸਟ ਨੂੰ ਕੀ ਕਹਿੰਦੇ ਆ? ਅਸੀਂ ਤੇ ਬ੍ਰੇਕਫਾਸਟ ਕਹਿੰਦੇ ਹੋਰ ਤੇ ਪਤਾ ਨਹੀਂ ਕੀ। ਦੀਦੀ ਜਿਹੜਾ ਸਹੀ ਹੈ ਨਾ, ਸਹੀ ਪ੍ਰੋਨਾਂਸੀਏਸ਼ਨ ਜਿਹੜੀ ਹੈ ਇਹਦੀ ਕੋਈ ਹੋਰ ਹੈ? ਉਹ ਬ੍ਰੇਕਫਾਸਟ ਨਹੀਂਗਾ, ਉਹ ਫਿਰ ਮੈਂ ਦੱਸ ਕੇ ਜਾਊਂਗਾ ਤੁਹਾਨੂੰ ਵੀ ਕੀ ਆ ਹਨਾ। ਇਹੋ ਜਿਹਾ ਕੋਈ ਇੰਗਲਿਸ਼ ਦਾ ਵਰਡ ਉਹ ਨਾ ਸਟਾਰਟ ਹੁੰਦਾ ਹੈ, ਵੀ ਦੀ ਆਵਾਜ਼ ਆਉਂਦੀ ਹੈ। ਨਾ ਜੀ, ਕੋ ਨਹੀਂ ਪਤਾ। ਹਾਏ, ਕੋ ਨਹੀਂ ਪਤਾ। ਇਹ ਕੋਨੀ ਲੈਂਗੁਏਜ ਹਰਿਆਣੇ ਦੀ ਹੈ ਨਾ? ਹਾਂਜੀ, ਹਰਿਆਣੇ ਦੀ ਲੈਂਗੁਏਜ ਆਉਂਦੀ ਹੈ ਪ੍ਰੋਪਰ। ਹਰਿਆਣੇ ਵੀ ਗਾਣਾ ਕੋਈ ਨਹੀਂ, ਅਸੀਂ ਲੈ ਗਏ ਲੇਕਿਨ ਪੰਜਾਬੀ। ਹਾਂਜੀ ਹਾਂਜੀ, ਉਹ ਕੋਈ ਗੱਲ ਨਹੀਂ, ਪੰਜਾਬੀ ਹਰਿਆਣੇ ਤੁਸੀਂ ਬੋਲੇ ਕੋ ਨਹੀਂ ਪਤਾ, ਇਹ ਵਰਡ ਮੈਨੂੰ ਲੱਗਦਾ ਹਰਿਆਣੇ ਦਾ ਹੀ ਹੈ ਕੋ ਨਹੀਂ ਪਤਾ ਵਾਲਾ। ਜਿਹੜੇ ਸਭ ਤੋਂ ਪਹਿਲਾ ਦਿਨ ਕਿਹੜਾ ਆ ਵੀਕ ਦਾ? ਕਿਹੜਾ? ਮੰਡੇ। ਨਹੀਂ, ਮੰਡੇ ਤਾਂ ਨਹੀਂ ਹੈ ਮੇਰੇ ਹਿਸਾਬ ਨਾਲ, ਸੰਡੇ ਹੋਏਗਾ। ਸੰਡੇ ਕਿਉਂ ਹੋਏਗਾ?
ਸੰਡੇ ਮੰਡੇ ਕਹਿ ਦਿੰਦੇ ਆ। ਅੱਛਾ ਸੰਡੇ ਮੰਡੇ ਕਹਿੰਦੇ ਆ ਤਾਂ ਸੰਡੇ ਪਹਿਲਾਂ ਹੋਏਗਾ। ਸੰਡੇ ਕਿਉਂ ਪਹਿਲਾਂ ਲੱਗਦਾ, ਪਹਿਲਾਂ ਸੰਡੇ ਕਿਉਂ ਹੈ? ਪਤਾ ਨਹੀਂ, ਉਹ ਤੇ ਜਿੰਨੇ ਬਣਾਏ ਨੇ ਦਿਨ ਉਹਨੂੰ ਹੀ ਪਤਾ ਹੋਏ। ਉਹਨੂੰ ਹੀ ਪਤਾ ਦਿਨ ਬਣਾਏ ਕਿੰਨੇ ਵੈਸੇ? ਇਹ ਵੀ ਔਖਾ ਕੁਐਸਚਨ ਹੈ ਵੀ ਰੱਬ ਨੇ ਬਣਾਇਆ, ਰੱਬ ਨੂੰ ਪੁੱਛੋ ਜਾ ਕੇ ਕੀ ਹੈ, ਉਹਦੇ ਲਈ ਸਪੈਸ਼ਲ ਜਾਣਾ ਪਊਗਾ ਹੁਣ ਪੁੱਛਣ ਲਈ, ਹੈ ਨਾ ਜੀ? ਠੀਕ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਆਪ ਨਮਸਤੇ ਵਾਲੇ ਹੋ, ਪਹਿਲੇ ਬਤਾਉਣਾ ਚਾਹੀਏ ਨਾ। ਪੁੱਛਾ ਨਹੀਂ ਆਪਨੇ? ਅੱਛਾ ਪੁੱਛਾ ਹੀ ਨਹੀਂ। ਆਪ ਹਿੰਦੀ ਵਾਲੇ ਹੋ, ਇੰਗਲਿਸ਼ ਵਾਲੇ ਹੋ, ਪੰਜਾਬੀ ਵਾਲੇ ਹੋ? ਹਿੰਦੀ ਵਾਲੇ। ਹਿੰਦੀ ਵਾਲੇ ਹੋ ਆਪ, ਕਹਾਂ ਸੇ ਬਿਲੋਂਗ ਕਰਤੇ ਹੋ? ਅੰਬਾਲਾ ਸੇ। ਆਪ? ਹਿੰਦੀ ਪੰਜਾਬੀ ਦੋਨੋਂ। ਹਿੰਦੀ ਪੰਜਾਬੀ ਦੋਨੋਂ, ਬਿਲੋਂਗ ਕਿੱਥੋਂ ਕਰਦੇ? ਅੰਬਾਲਾ ਤੋਂ। ਤੁਸੀਂ ਜੀ? ਹਿੰਦੀ ਰਾਜਸਥਾਨ। ਰਾਜਸਥਾਨ ਤੋਂ? ਹਿੰਦੀ ਆਤੀ ਆਪਕੋ? ਪੰਜਾਬੀ ਬਿਲਕੁਲ ਨਹੀਂ? ਵਾਹ ਜੀ ਵਾਹ। ਆਪ ਪਰਫਾਰਮ ਕਰਨ ਵਾਲੇ ਹੋ ਕੁਛ? ਕਿਆ 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 ਕਿਆ? ਅੱਛਾ ਚਲਤਾ ਹੂੰ ਦੁਆਓਂ ਮੇ ਯਾਦ ਰੱਖਣਾ, ਮੇਰੇ ਜ਼ਿਕਰ ਕਾ ਜ਼ੁਬਾਂ ਪੇ ਸਵਾਦ ਰੱਖਣਾ, ਦਿਲ ਕੇ ਸੰਦੂਕੋ ਮੇ ਮੇਰੇ ਅੱਛੇ ਕਾਮ ਰੱਖਣਾ, ਚਿੱਠੀ ਤਾਰੋਂ ਮੇ ਭੀ ਮੇਰਾ ਤੁਮ ਸਲਾਮ ਰੱਖਣਾ। ਆਪ ਐਡੀਟਰ ਹੋ ਕਲਾਸ ਕੇ? ਹਾਂਜੀ। ਵਾਹ ਜੀ ਵਾਹ, ਆਪ ਕਾਫੀ ਇੰਟੈਲੀਜੈਂਟ ਲੱਗਤੇ ਹੋ ਮੇਰੇ ਕੋ। ਨਹੀਂ, ਰੱਬ ਦੀ ਮਿਹਰ। ਰੱਬ ਮੋਨੀਟਰ ਕੈਸੇ ਬਣੇ? ਆਪਕਾ ਇੱਕ ਨਾਰਮਲ ਸਟੂਡੈਂਟ ਸੇ, ਮੋਨੀਟਰ ਬਣਨੇ ਤੱਕ ਸਫ਼ਰ ਤਾਂ ਉਹ ਕਿਆ ਥਾ? ਓਬਵੀਅਸ ਪੁੱਛਣਾ ਪੜਤਾ। ਐਸਾ ਕੁਛ ਨਹੀਂ ਥਾ, ਓਕੇ, ਫਸਟ ਟਾਈਮ ਕੋ ਫਸਟ ਡੇ ਬਣਾ ਦਿਆ, ਮੋਨੀਟਰ ਬਣਾ ਦਿਆ ਸਿੱਧਾ ਹੀ। ਟੈਲੈਂਟਡ ਹੋ ਮੇਰੀ ਤਰ੍ਹਾਂ ਆਪ, ਹੋ ਕੇ ਨਹੀਂ? ਓਬਵੀਅਸ ਹੋ, ਮੋਨੀਟਰ ਰਵੀ ਮੋਨੀਟਰ ਹੋ, ਅੱਛੀ ਬਾਤ ਹੈ ਵੀ ਟੈਲੈਂਟਡ ਹੋਣਾ ਵੀ ਚਾਹੀਏ ਸਾਥ ਸਾਥ ਮੈਂ ਨਾ। ਬਹੁਤ ਅੱਛਾ ਬਹੁਤ ਅੱਛਾ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਅੱਛਾ ਇੱਕ ਵਾਰ ਕੁਐਸਚਨ ਇੱਕ ਰਹਿ ਗਿਆ ਆਪਕੋ, ਬ੍ਰੇਕਫਾਸਟ? ਬ੍ਰੇਕਫਾਸਟ ਹੀ ਕਹਿੰਦੇ ਨੇ, ਔਰ ਇੱਕ ਵਰਡ ਪੁੱਛਾ ਤਾ ਮੈਨੇ, ਉਹ ਸੇ ਸ਼ੁਰੂ ਹੋ, ਆਵਾਜ਼ ਵੀ ਕੀ ਆਏ ਜਾ? ਆ ਜਾਓ ਆ ਜਾਓ ਆ ਜਾਓ ਆ ਗਿਆ, ਆ ਥੋੜ੍ਹਾ ਆ ਗਿਆ ਪਲੀਜ਼। ਓਵਲ? ਓਵਲ ਆਵਾਜ਼ ਵੀ, ਉਹ ਉਹ ਕੀ ਆ ਰਹੀ ਨਾ ਆਵਾਜ਼ ਵੀ? ਵੀ ਵੀ ਤੋਂ ਆ ਰਿਹਾ ਫਿਰ ਵਿੱਚ ਮੈਂ ਆਪਕਾ ਉਹ ਸਟਾਰਟਿੰਗ ਉਹ ਸੇ ਹੋ, ਆਵਾਜ਼ ਵੀ ਕੀ ਆਏ, ਸ਼ੁਰੂ ਸੇ ਵੀ ਕੀ ਆਵਾਜ਼ ਆਣੀ ਚਾਹੀਏ ਨਾ। ਸਟਾਰਟ ਓਵਲ, ਉਹ ਤੋਂ ਆ ਗਿਆ ਹੈ ਨਾ, ਉਹ ਨਹੀਂ ਹੋਣੀ। ਕਿਆ ਨਾਮ ਕਿਆ ਆਪਕਾ? ਰਿਸ਼ਿਕਾ। ਕੌਨ ਸੀ ਕਲਾਸ ਮੇਂ ਹੋ ਆਪ? ਪਲੱਸ 1 ਕਾਮਰਸ। ਓਕੇ ਕਾਮਰਸ, ਅੱਛਾ ਪੜ੍ਹਾਈ ਮੈਂ ਅੱਛੇ ਹੋ। ਬ੍ਰੇਕਫਾਸਟ ਕੋ ਕਿਆ ਕਹਿੰਦੇ ਹੈ? ਸਧਾਰਨ ਭਾਸ਼ਾ ਮੇਂ ਸੁਬਹ ਕਾ ਖਾਨਾ ਵੀ ਕਹਤੇ। ਸਧਾਰਨ ਭਾਸ਼ਾ ਮੇਂ ਨਹੀਂ ਨਾ ਕਹਿਣਾ, ਇੰਗਲਿਸ਼ ਮੇਂ ਸਹੀ ਉਸਕੋ ਪ੍ਰੋਨਾਉਂਸ ਕਰਨਾ ਹੈ, ਬ੍ਰੇਕਫਾਸਟ ਕੋ ਕਹਤੇ ਹੈ। ਨਹੀਂ, ਬ੍ਰੇਕਫਾਸਟ ਕੁਛ ਔਰ ਬੋਲਤੇ ਹੈ, ਮੈਨੇ ਇੰਗਲਿਸ਼ ਮੇਂ ਬੋਲੂੰ, ਸਹੀ ਪ੍ਰੋਨਾਉਂਸ ਕਰਨਾ ਉਸਕੋ, ਪ੍ਰੋਨਾਉਂਸ ਹੀ ਸਹੀ ਕਰਨਾ ਹੈ ਬ੍ਰੇਕਫਾਸਟ ਕੋ। ਬ੍ਰੇਕਫਾਸਟ ਹੀ ਨਹੀਂ, ਬ੍ਰੇਕਫਾਸਟ ਕੁਛ ਔਰ ਬੋਲਤੇ ਹੈ ਵੈਸੇ ਤੋ। ਵਰਡ ਕੋਈ ਵੀ ਆਪਕੋ ਪਤਾ ਹੋ, ਉਹ ਸੇ ਸ਼ੁਰੂ ਹੋਤਾ ਹੋ, ਆਵਾਜ਼ ਵੀ ਕੀ ਆਏ, ਔਰ ਜੋ ਆਪਣੇ ਪੂਰੇ ਵੀਕਐਂਡ ਵੀਕ ਕੇ ਹੋਤੇ ਹੈ, ਡੇਜ਼ ਹੋਤੇ ਹੈ, ਸਭਸੇ ਫਸਟ ਡੇ ਕੌਨ ਸਾ ਹੋਤਾ ਵੀਕ ਕਾ? ਸੰਡੇ। ਸੋ ਤੁਹਾਨੂੰ ਸਾਰਿਆਂ ਨੂੰ ਮੈਂ ਕੁਐਸਚਨ ਪੁੱਛਿਆ ਸੀਗਾ ਕਿ ਬ੍ਰੇਕਫਾਸਟ ਨੂੰ ਸਹੀ ਪ੍ਰੋਨਾਊਂਸ ਕੀ ਕਰਦੇ ਆ, ਹੈ ਨਾ, ਤਾਂ ਤੁਸੀਂ ਯਾਦ ਰੱਖਣਾ ਕਿ ਉਹਦਾ ਸਹੀ ਵਰਡ ਕੀ ਹੈ। ਬ੍ਰੇਕਫਾਸਟ ਨੂੰ ਕਹਿੰਦੇ ਆ ਬ੍ਰੈਕਫਾਸਟ, ਬ੍ਰੇਕ ਨਹੀਂ ਹੁੰਦਾ, ਬ੍ਰੈਕ ਹੁੰਦਾ, ਠੀਕ ਹੈ, ਬ੍ਰੈਕਫਾਸਟ ਹੁੰਦਾ ਸਹੀ, ਔਰ ਸ਼ਾਰਟ ਫਾਰਮ ਜਿਹਨੂੰ ਬ੍ਰੈਕੀ ਵੀ ਕਹਿ ਦਿੰਦੇ ਆਪਾਂ, ਠੀਕ ਹੈ ਜੀ, ਸਹੀ ਹੈ, ਸਹੀ ਹੈ, ਕਲੈਪਿੰਗ। ਓ ਇੱਕ ਵਰਡ ਮੈਂ ਹੋਰ ਪੁੱਛਿਆ ਸੀਗਾ ਤੁਹਾਡੇ ਕੋਲੋਂ, ਆਪਕੋ ਨਹੀਂ ਪਤਾ ਤਾਂ, ਇਸ ਲਈ ਤਾਂ ਮੈਨੇ ਬਤਾਇਆ ਬਾਈ। ਆ ਜਾ ਅੱਗੇ ਆ ਜਾ, ਪਿੱਛੇ ਖੜਾ ਇੰਨੀਆਂ ਗੱਲਾਂ ਮਾਰੀ ਜਾਂਦਾ, ਇੰਨੀਆਂ ਗੱਲਾਂ, ਇੰਨਾ ਬੋਲਦਾ ਯਾਰ ਤੂੰ, ਮੈਂ ਸੋਚਦਾ ਸੀ ਇਸ ਦੁਨੀਆਂ 'ਤੇ ਮੈਂ ਆ ਜਿਹੜਾ ਸਭ ਤੋਂ ਜ਼ਿਆਦਾ ਬੋਲਦਾ, ਮੈਂ ਘਰ ਵੀ ਬਹੁਤ ਬੋਲਦਾ, ਸ਼ੋਅ 'ਤੇ ਵੀ ਬਹੁਤ ਬੋਲਦਾ, ਤੂੰ ਇੰਨਾ ਕਿਉਂ ਬੋਲਦਾ? ਕੀ ਬੋਲ ਰਿਹਾ ਸੀ? ਸਵਾਲ ਪੁੱਛ ਰਹੇ ਸੀ, ਪਿੱਛੇ ਸਵਾਲ ਦੇ ਰਹੇ। ਤੁਸੀਂ ਪਿੱਛੇ ਜਵਾਬ ਦੇਈ ਜਾਂਦੇ ਹੋ, ਕੀ ਜਵਾਬ ਦਿੱਤਾ ਫਿਰ? ਬ੍ਰੇਕਫਾਸਟ ਨੂੰ ਕੀ ਕਹਿੰਦੇ ਆ? ਮੈਂ ਹੁਣੇ ਦੱਸਿਆ ਜੇ, ਆਵਾਜ਼ ਨਹੀਂ ਆ ਰਹੀ ਪਿੱਛੇ, ਪਿੱਛੇ ਆਵਾਜ਼ ਨਹੀਂ ਆ ਰਹੀ। ਬ੍ਰੇਕਫਾਸਟ ਨੂੰ ਕਹਿੰਦੇ ਆ ਬ੍ਰੈਕਫਾਸਟ, ਸ਼ਾਰਟ ਹੋ ਬ੍ਰੈਕੀ। ਇੱਕ ਵਰਡ ਹੋਰ ਪੁੱਛਿਆ, ਜਿਹੜਾ ਓ ਨਾ ਸ਼ੁਰੂ ਹੁੰਦਾ ਪਰ ਆਵਾਜ਼ ਵੀ ਦੀ ਆਉਂਦੀ ਹੈ, ਬਹੁਵੇ ਦੀ ਆਵਾਜ਼ ਆਉਂਦੀ ਹੈ, ਸ਼ੁਰੂ ਓ ਨਾ ਹੁੰਦਾ, ਆਵਾਜ਼ ਵੀ ਦੀ ਆਉਂਦੀ ਹੈ, ਬੜਾ ਹੀ ਸੌਖਾ, ਬੜਾ ਹੀ ਸੌਖਾ, ਮੈਂ ਦੱਸਾਂ ਫਿਰ, ਨਹੀਂ ਪਤਾ ਕਿਸੇ ਨੂੰ? ਵੋ, ਫਿਰ ਵੋ ਹੋ ਗਿਆ ਭੈਣਾ, ਵੋ ਹੋ ਗਿਆ, ਵੀ ਤੋਂ ਸ਼ੁਰੂ ਹੋਇਆ ਤੇ ਵੋ ਹੀ ਹੋ ਗਿਆ, ਲੇਕਿਨ ਉਹ ਤੋਂ ਸ਼ੁਰੂ ਕਰਨਾ ਨਾ ਆਪਾਂ। ਅੱਛਾ ਉਹ ਬੜਾ ਸੌਖਾ ਵਰਡ ਹੈ, ਆਪਾਂ ਗਿਣਤੀ ਕਿੱਥੋਂ ਸ਼ੁਰੂ ਕਰਦੇ ਹਾਂ? ਵਨ, ਇਟਸ ਵਨ, ਓ ਨੀ ਕਲੈਪਿੰਗ, ਇੰਨਾ ਅਸੀਂ ਸ਼ੁਰੂ ਹੀ ਹਰੇਕ ਵਰਡ ਆਪਣੇ ਜਿਹੜੀ ਆਪ ਸ਼ੁਰੂ ਹੀ ਵਨ ਤੋਂ ਕਰਦੇ ਹਾਂ, ਗਿਣਤੀ ਕਰਦੇ, ਪੈਸੇ ਵੀ ਕੋਈ ਵਨ ਟੂ ਥ੍ਰੀ, ਵਨ ਵਨ ਓ ਨਾ ਸ਼ੁਰੂ ਹੋਇਆ, ਆਵਾਜ਼ ਵੀ ਦੀ ਆਈ, ਸਹੀ ਹੈ, ਪੱਕਾ ਸਹੀ ਹੈ, ਇੱਕ ਵਾਰੀ ਹੋਰ ਕਲੈਪਿੰਗ ਜ਼ੋਰ ਦੀ ਫਿਰ। ਸੋ ਇਹ ਵਰਡਸ ਹੁਣ ਤੁਸੀਂ ਇਹ ਪੁੱਛੋਗੇ ਕਿ ਇਹ ਵਰਡਸ ਮੈਨੂੰ ਕਿੱਦਾਂ ਪਤਾ ਆਇਆ, ਠੀਕ ਹੈ, ਇੱਕ ਸਾਡੇ ਸਪੋਂਸਰ ਨੇ ਬ੍ਰਿਲਸ, ਬ੍ਰਿਲਸ ਇੰਸਟੀਟਿਊਟ, ਉਹਨਾਂ ਦਾ ਇੱਕ ਨਿਊਜ਼ ਪੇਪਰ ਹੈ ਜਿਹਦੇ ਉੱਪਰੋਂ ਮੈਨੂੰ ਇਹ ਸਾਰੇ ਵਰਡਸ ਮਿਲਦੇ ਆ, ਠੀਕ ਹੈ,
ਜਿਸ ਵਾਰ ਨਿਊਜ਼ ਪੇਪਰ ਹੈ ਉਹਨਾਂ ਦਾ ਬ੍ਰਿਲਸ ਦਾ, ਜਿਹਦੇ ਵਿੱਚ ਬਹੁਤ ਸਾਰੇ ਕੁਐਸਚਨ ਹੁੰਦੇ ਆ ਇੰਗਲਿਸ਼ ਵਿੱਚ। ਸਭ ਤੋਂ ਵੱਡੀ ਗੱਲ ਇਹਦੇ 'ਚ ਹਿੰਦੀ ਪਲੱਸ ਇੰਗਲਿਸ਼, ਹਰੇਕ ਖਬਰ ਇੰਗਲਿਸ਼ ਵਿੱਚ ਵੀ ਹੁੰਦੀ ਹੈ ਪਲੱਸ ਇਹਦੇ 'ਚ ਹਿੰਦੀ 'ਚ ਵੀ ਨਾਲ ਦੱਸਿਆ ਹੁੰਦਾ ਹਰੇਕ ਵਰਡ ਨੂੰ ਸਹੀ ਪ੍ਰੋਨਾਊਂਸ ਕਿੱਦਾਂ ਕਰਨਾ ਆ, ਹਰੇਕ ਵਰਡ ਦਾ ਸਹੀ ਮੀਨਿੰਗ ਕਿੱਦਾਂ ਆ। ਠੀਕ ਹੈ ਜੀ, ਠੀਕ ਹੈ, ਤੇ ਤੁਸੀਂ ਵੀ ਇਹ ਅਖਬਾਰ ਜ਼ਰੂਰ ਪੜਿਆ ਕਰੋ ਸਾਰੇ। ਕੀ ਹਾਲ ਚਾਲ ਹੈ? ਵਧੀਆ, ਠੀਕ ਠਾਕ। ਬਾ ਬਹੁਤ ਸੋਹਣੀ ਬੰਨੀ ਹੈ। ਥੈਂਕ ਯੂ ਜੀ। ਮੈਨੂੰ ਲੱਗਦਾ ਬਲੈਕ ਬੋਰਡ ਤੇ ਕੰਮ ਕਰਕੇ ਆਇਆ। ਨਾ ਨਾ, ਹਾਂ ਸਰ, ਚੋ ਸਾਫ ਕਰ ਰਹੇ ਸੀ, ਬਲੈਕ ਬੋਰਡ ਤੇ ਮੇਰੇ ਉੱਤੇ ਗਿਰ ਗਿਆ। ਅੱਛਾ, ਤੇਰੇ ਉੱਤੇ ਗਿਰ ਗਿਆ, ਤੂੰ ਫਰੰਟ ਤੇ ਬੈਠਾ ਸੀਗਾ? ਬੈਕ ਬੈਂਚਰ ਨਹੀਂ ਹੈ? ਵਾਹ ਯਾਰ, ਕੀ ਬਾਤ ਹੈ। ਪੜ ਵੀ ਲੈਨੇ ਹੋ? ਗਾਣਾ ਆਉਂਦਾ? ਨਾ। ਭੰਗੜਾ ਆਉਂਦਾ? ਨਾ। ਥੋੜਾ ਬਹੁਤ ਵੀ ਨਹੀਂ ਆਉਂਦਾ? ਪੜ੍ਹਾਈ ਆਉਂਦੀ ਹੈ? ਕਿੰਨੀ ਕੁ ਆਉਂਦੀ ਹੈ? ਠੀਕ 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 ਆਉਂਦੀ ਹੈ। ਸਮਾਈਲ ਤੇਰੀ ਬੜੀ ਸੋਹਣੀ ਹੈ, ਪੱਗ ਕਿੱਥੋਂ ਸਿੱਖੀ ਹੈ? ਪੱਗ ਮੈਂ ਮੰਜੀ ਸਾਹਿਬ ਰਿੰਕੂ ਵੀਰ ਜੀ ਤੋਂ। ਮੰਜੀ ਸਾਹਿਬ ਰਿੰਕੂ ਵੀਰ ਜੀ ਤੋਂ? ਲਓ ਜੀ, ਰਿੰਕੂ ਵੀਰ ਜੀ ਦੀ ਪ੍ਰਮੋਸ਼ਨ ਵੀ ਨਾਲ ਦੀ ਨਾਲ ਮੁੰਡੇ ਨੇ ਕਰਤੀ ਹੈ। ਬਹੁਤ ਸੋਹਣੀ ਪੱਗ, ਪੱਗ ਪੱਗ ਸੋਹਣੀ ਬਣਦੇ ਤੁਸੀਂ, ਇੱਦਾਂ ਹੀ ਜੁੜੇ ਰਹੋ, ਹੈ ਨਾ। ਪੜ੍ਹਾਈ ਵੱਧ ਤੋਂ ਵੱਧ ਕਰਨੀ ਹੈ ਜਿੰਨੀ ਵੀ ਹੋ ਸਕੇ। ਸੋ ਮੈਂ ਕਹਿ ਰਿਹਾ ਸੀ ਢੇਰ ਸਾਰੀ ਮਸਤੀ ਮੁਰਲੀਧਰ DAV ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੰਬਾਲਾ ਦੇ ਵਿੱਚ। ਸੋ ਹੋਪ ਤੁਸੀਂ ਵੀ ਬਹੁਤ ਇੰਜੋਏ ਕੀਤਾ ਹੋਣਾ ਜੀ। ਮੈਂ ਮਿਲਾਂਗਾ ਜੀ ਤੁਹਾਨੂੰ ਨਵੀਂ ਜਗ੍ਹਾ 'ਤੇ ਨਵੇਂ ਐਪੀਸੋਡ 'ਤੇ ਨਵੇਂ ਨਵੇਂ ਟੈਲੈਂਟ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस, जो इम्यूनिटी बढ़ाए और आपको रखे फिट। मिल गया ना अच्छी सेहत का राज, पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਪੁਖਰਾਜ ਪਾਚਨ ਰਸ, ਕੁਛ ਹੀ ਪਲੋ ਮੇ ਸ਼ੁਰੂ ਕਰੇ ਕਾਮ, ਐਸਿਡਿਟੀ ਕਰੇ ਠੀਕ, ਪਾਚਨ ਮੇ ਦੇ ਆਰਾਮ। ਗੁੜੋਂ ਕਾ ਖਜ਼ਾਨਾ, ਬਸ ਥੋੜਾ ਸਾ ਰੋਜ਼ਾਨਾ, ਪੁਖਰਾਜ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ? ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ? ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ, ਵਿਦਾਊਟ ਐਕਸਰਸਾਈਜ਼, ਵਿਦਾਊਟ ਮੈਡੀਸਿਨ, ਵਿਦਾਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 to 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ, ਸਿੰਗਲਾ ਸਲਿਮਿੰਗ ਕਲੀਨਿਕ। ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ।